ਅਸਲ ਜਿਹੜਾ ਟ੍ਰੀਟਮੈਂਟ ਦਾ ਕੋਨਸੈਪਟ ਹੈ ਨਾ, ਤੁਸੀਂ ਥੋੜ੍ਹਾ ਜਿਹਾ ਇਹਨੂੰ ਸਮਝੋ ਕਿ ਅਸੀਂ ਇਹ ਕੀ ਕਰਦੇ ਹਾਂ ਐਂਡ ਕਿਸ ਤਰ੍ਹਾਂ ਜਿਹੜੀ ਹੈ ਨਾ ਰਿਕਵਰੀ ਸਟਾਰਟ ਹੁੰਦੀ ਹੈ। ਇੱਕ ਬੜਾ ਬੇਸਿਕ ਪ੍ਰਿੰਸੀਪਲ ਹੈ। ਤੁਸੀਂ ਅੰਡਰਸਟੈਂਡ ਕਰੋ ਕਿ ਦੇਰ ਇਜ਼ ਅ ਡਿਫਰੈਂਸ ਬਿਟਵੀਨ ਗਿਲਟ ਐਂਡ ਸ਼ੇਮ। ਗਿਲਟ ਜਿਹੜੀ ਇਹ ਕਹਿੰਦੀ ਹੈ ਕਿ ਇਹ ਇਨਸਾਨ ਬਹੁਤ ਵਧੀਆ ਪਰ ਇਹਦੇ ਕੋਲੋਂ ਐਕਟ ਖਰਾਬ ਹੋ ਗਿਆ, ਇਹਨੇ ਚੋਰੀ ਕਰ ਲਈ ਹੈ ਪਰ ਇਹ ਚੋਰ ਨਹੀਂ ਹੈ, ਇਹਦੇ ਕੋਲੋਂ ਬਿਮਾਰੀ ਦੇ ਕਰਕੇ ਇਹ ਚੀਜ਼ਾਂ ਹੋ ਗਈਆਂ। ਹੁਣ ਮੇਰੇ 50% ਪੇਸ਼ੈਂਟਸ ਨੇ ਆਪਣੇ ਫਾਦਰ ਦੇ ਉੱਪਰ ਹੱਥ ਚੁੱਕਿਆ ਹੈ ਨਾ, ਅਤੇ ਇਹਨਾਂ ਦੇ 25% ਨੇ ਥ੍ਰੈਟ ਕੀਤਾ ਕਿ ਤੈਨੂੰ ਅਸੀਂ ਕਰਾਂਗੇ। ਇਹਦਾ ਮਤਲਬ 75% ਪੇਸ਼ੈਂਟਸ ਮੇਰੇ ਇੰਟੈਂਸ਼ਨ ਰੱਖਦੇ ਹੈ ਕਿ ਉਹ ਕਦੀ ਨਾ ਕਦੀ ਫਾਦਰ ਦੇ ਉੱਪਰ ਹੱਥ ਚੁੱਕਣਗੇ ਜਾਂ ਉਹਨਾਂ ਨੇ ਚੁੱਕਿਆ ਹੁੰਦਾ, ਰਾਈਟ। ਹੁਣ ਉਹ ਇਹ ਤੁਸੀਂ ਦੇਖ ਲਓ ਕਿ ਇੱਕ ਬੱਚਾ ਜਿਹੜਾ ਆਪਣੇ ਫਾਦਰ 'ਤੇ ਹੱਥ ਚੁੱਕਿਆ ਹੈ ਉਹ ਬਿਮਾਰ ਹੈ, ਉਹਦੀ ਰਿਸਪੈਕਟ ਨਹੀਂ ਘਟਣੀ ਚਾਹੀਦੀ, ਉਹਦਾ ਰਿਗਾਰਡ ਨਹੀਂ ਘਟਣਾ ਚਾਹੀਦਾ। ਅਸੀਂ ਕਹਿੰਦੇ ਹਾਂ ਕਿ ਇਹ ਬੰਦਾ ਬਹੁਤ ਘਟੀਆ ਜੋ ਜਿਹਨੇ ਆਪਣੇ ਫਾਦਰ ਦੇ ਉੱਪਰ ਹੱਥ ਚੁੱਕਿਆ। ਹੁਣ ਜੇ ਅਸੀਂ ਕਹਿੰਦੇ ਹਾਂ ਬੰਦਾ ਘਟੀਆ, ਇਹਦਾ ਮਤਲਬ ਇਹ ਟੌਕਸਿਕ ਸ਼ੇਮ ਹੈ। ਜੇ ਅਸੀਂ ਕਹਿੰਦੇ ਹਾਂ ਬੰਦਾ ਵਧੀਆ ਪਰ ਇਹਦੇ ਕੋਲ ਐਕਟ ਇਹ ਵਾਲੇ ਹੋਏ ਹੈ, ਇਹ ਗਿਲਟ ਹੈ। ਹੁਣ ਸਾਡਾ ਸਾਰਾ ਦਾ ਸਾਰਾ ਜਿਹੜਾ ਟ੍ਰੀਟਮੈਂਟ ਹੈ ਨਾ, ਤੁਸੀਂ ਉਹਦਾ ਦੇਖੋ ਐਕਸਟ੍ਰੈਕਟ ਕੀ ਹੈ ਕਿ ਅਸੀਂ ਟੌਕਸਿਕ ਸ਼ੇਮ ਨੂੰ ਗਿਲਟ ਦੇ ਵਿੱਚ ਚੇਂਜ ਕਰ ਰਹੇ ਹਾਂ। ਟੌਕਸਿਕ ਸ਼ੇਮ ਜਿਹੜੀ ਉਹ ਬੰਦੇ ਨੂੰ ਕਹਿੰਦੀ ਹੈ ਕਿ ਤੂੰ ਪੈਰਾਲਾਈਜ਼ ਹੋ ਜਾ, ਉੱਥੇ ਹੀ ਦਫਨ ਹੋ ਜਾ, ਉੱਥੇ ਹੀ ਖਤਮ ਹੋ ਜਾ। ਅਤੇ ਗਿਲਟ ਕਹਿੰਦੀ ਹੈ ਕਿ ਅੱਗੇ ਵੱਧ, ਇਹਨੇ ਆਪਣੇ ਆਪ ਨੂੰ ਰਿਫੋਰਮ ਕਰ, ਹਾਲੇ ਵੀ ਬਹੁਤ ਕੁਛ ਹੈ ਐਂਡ ਤੂੰ ਸਾਰਾ ਕੁਛ ਟ੍ਰਾਂਸਫਾਰਮ ਕਰ ਸਕਦਾ। ਜੇ ਤੁਸੀਂ ਦੇਖੋ ਸਾਡਾ ਇੱਥੋਂ ਦਾ ਪ੍ਰੋਗਰਾਮ, ਖਾਸ ਕਰਕੇ ਜਿਹੜਾ ਹਰਮੀਟੇਜ ਦਾ ਪ੍ਰੋਗਰਾਮ ਹੈ ਨਾ, ਉਹਦੇ ਵਿੱਚ ਅਸੀਂ 100 ਡੇਜ਼ ਦੇ ਵਿੱਚ ਇੱਕ ਚੀਜ਼ ਟ੍ਰਾਂਸਫਾਰਮ ਕਰਦੇ ਹਾਂ ਕਿ ਇਨਸਾਨ ਨੂੰ ਇਹ ਨਹੀਂ ਪਤਾ ਲੱਗਦਾ, ਉਹਨੂੰ ਇਹ ਜਿਹੜਾ ਹੁੰਦਾ ਨਾ ਸ਼ੱਕ ਮੈਂ ਚੋਰ ਹਾਂ, ਉਹਦੀ ਜਗ੍ਹਾ 'ਤੇ ਉਹਦੀ ਰਿਪਲੇਸ ਆ ਜਾਂਦੀ ਮੇਰੀ ਬਿਮਾਰੀ ਕਰਕੇ ਮੈਂ ਚੋਰੀ ਕੀਤੀ, ਮੈਂ ਬਿਮਾਰੀ ਕਰਕੇ ਘਰੋਂ 500 ਰੁਪਏ ਕੱਢਿਆ, ਮੈਂ ਬਿਮਾਰੀ ਕਰਕੇ ਐਕਸੀਡੈਂਟ ਕੀਤਾ, ਮੈਂ ਬਿਮਾਰੀ ਕਰਕੇ ਹਿੱਟ ਐਂਡ ਰਨ ਕੀਤਾ, ਮੈਂ ਬਿਮਾਰੀ ਕਰਕੇ ਆਪਣਾ ਪਾਸਪੋਰਟ ਖੁਆਇਆ, ਮੈਂ ਬਿਮਾਰੀ ਕਰਕੇ ਆਪਣਾ ਲਾਇਸੈਂਸ ਖੁਆਇਆ, ਮੈਂ ਬਿਮਾਰੀ ਕਰਕੇ ਬਲੱਡ ਦੀ ਵੋਮਿਟਿੰਗ ਕੀਤੀ, ਠੀਕ ਹੈ। ਹੁਣ ਤੁਸੀਂ ਦੇਖੋ ਕਿ ਇੰਨਾ ਜਦੋਂ ਫਰਕ ਪਰਸਪੈਕਟਿਵ 'ਚ ਪਏਗਾ ਨਾ, ਤਾਂ ਪੇਸ਼ੈਂਟ ਠੀਕ ਹੋਣ ਵਾਸਤੇ ਹੈ। ਜਿਹੜਾ ਬੰਦਾ ਟੌਕਸਿਕ ਸ਼ੇਮ 'ਚ ਫਸਿਆ ਹੋਇਆ ਨਾ, ਉਹ ਕਦੀ ਵੀ ਠੀਕ ਨਹੀਂ ਹੋ ਸਕਦਾ।